ਦਵਾਈ ਲੈਣ ਆਏ ਸੀਗੇ ਇੱਥੇ ਔਲਖੀ ਵੋਟੀ ਨੂੰ ਬੱਚਾ ਹੋਣ ਵਾਲਾ ਸੀ ਦਵਾਈ ਲੈਣ ਆਏ ਸੀ ਤਾਂ ਫਿਰ ਇਹਦੇ ਕਿਸੇ ਨੇ ਗੋਲੀਆਂ ਮਾਰੀਆਂ ਤੇ ਬਸ ਉਹ ਵੀ ਕਹਿੰਦੇ ਵੀ ਪਹਿਲਾਂ ਤਾਂ ਉਹਨਾਂ ਨੇ ਕਹਿਤਾ ਵੀ ਇਹ ਵੀ ਗੈਂਗਸਟਰ ਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਕੋਈ ਪਰਚਾ ਨਹੀਂ ਗਾ ਤਾਂ ਫਿਰ ਵੀ ਲਿਆ ਉਹਨਾਂ ਨੇ ਦੂਜੇ ਦਿਨ ਖਬਰ ਕੱਢਤੀ ਵੀ ਇਸ ਹੱਥੋਂ ਦਵਿੰਦਰ ਬਮੀਏ ਦੇ ਭੁਲੇਖੇ ਮਾਰਿਆ ਗਿਆ ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤਾਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਕਰੰਟ ਇਸ਼ੂ ਲਈ ਚੱਲਦੇ ਹਾਂ ਸ਼੍ਰੀ ਮੁਕਤਸਰ ਸਾਹਿਬ ਬੜੀ ਦੁੱਖ ਭਰੀ ਖਬਰ ਆ ਰਹੀ ਹੈ ਦੋਸਤੋ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਇੱਕ ਨੌਜਵਾਨ ਦਾ ਕੁਝ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਉਸ ਦਾ ਕਤਲ ਕੀਤਾ ਗਿਆ ਉਸ ਦੀ ਹੱਤਿਆ ਕੀਤੀ ਗਈ ਹੈ ਦੱਸਿਆ ਜਾ ਰਿਹਾ ਕਿ ਇੱਕ ਦਰਜਨ ਦੇ ਕਰੀਬ ਉਸ ਨੌਜਵਾਨ ਦੇ ਉੱਪਰ ਗੋਲੀਆਂ ਦੇ ਨਾਲ ਫਾਇਰ ਕੀਤੇ ਗਏ ਔਰ ਉਸ ਤੋਂ ਬਾਅਦ ਕੀ ਰਹਿ ਸਕਦੀ ਹੈ ਜ਼ਿੰਦਗੀ ਇਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਅਸਲ ਵਿੱਚ ਇਹ ਲੋਕ ਕੌਣ ਨੇ ਜਿਨ੍ਹਾਂ ਨੇ ਇਸ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਔਰ ਕਿਸੇ ਗਰੁੱਪ ਦੇ ਨਾਲ ਸੰਬੰਧਿਤ ਨੇ ਜਾਂ ਕੌਣ ਨੇ ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਸੋਨੀ ਢੱਲਾ ਜੀ ਜੁੜ ਚੁੱਕੇ ਨੇ ਉਹਨਾਂ ਤੋਂ ਅਪਡੇਟ ਲੈਂਦੇ ਹਾਂ ਸੋਨੀ ਜੀ ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ ਸੋਮ ਜੀ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਜਿਹੜੀ ਇਹ ਜਿਹੜੀ ਦੁੱਖ ਭਰੀ ਖਬਰ ਆ ਰਹੀ ਹੈ ਸ਼੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਪਿੰਡ ਔਲਖ ਤੋਂ ਆ ਰਹੀ ਹੈ ਜਿੱਥੇ ਨੈਸ਼ਨਲ ਹਾਈਵੇ ਤੇ ਕੁਛ ਜਿਹੜੇ ਹਥਿਆਰਬੰਦ ਬਦਮਾਸ਼ਾਂ ਨੇ ਤਾਬੜਤੋੜ ਜਿਹੜੀਆਂ ਗੋਲੀਆਂ ਚਲਾ ਕੇ ਰਣਜੀਤ ਸਿੰਘ ਸਿੱਧੂ ਜਿਹੜਾ ਕਿ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ ਉਸਦੀ ਜਿਹੜੀ ਹੱਤਿਆ ਕਰ ਦਿੱਤੀ ਤੁਹਾਨੂੰ ਦੱਸ ਦਈਏ ਜਿਹੜਾ ਰਣਜੀਤ ਸਿੰਘ ਸਿੱਧੂ ਸੀਗਾ ਇਹ ਇਹਦੀ ਘਰ ਵਾਲੀ ਜਿਹੜੀ ਪ੍ਰੈਗਨੈਂਟ ਸੀ ਇਸ ਨੂੰ ਉੱਥੋਂ ਡਾਕਟਰ ਤੋਂ ਦਵਾਈ ਜਿਹੜੀ ਦਵਾਉਣ ਆਇਆ ਸੀ ਉਸ ਤੋਂ ਬਾਅਦ ਜਿਹੜੇ ਬਦਮਾਸ਼ਾਂ ਨੇ ਆ ਕੇ ਪਹਿਲਾਂ ਉਸਦੀ ਘਰ ਵਾਲੀ ਨੂੰ ਪਾਸੇ ਹੋਣ ਲਈ ਕਿਹਾ ਉਸ ਤੋਂ ਬਾਅਦ ਜਿਹੜੀ ਹੈਗੀ ਉਸ ਤੇ ਦਰਜਨ ਤੋਂ ਜ਼ਿਆਦਾ ਜਿਹੜੀਆਂ ਗੋਲੀਆਂ ਮਾਰ ਕੇ ਉਸਦਾ ਜਿਹੜਾ ਕਤਲ ਕਰ ਦਿੱਤਾ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹਦੀ ਜ਼ਿੰਮੇਵਾਰੀ ਵੀ ਫੇਸਬੁੱਕ ਤੇ ਗੁਰਲਾਲ ਬਰਾੜ ਨਾਮ ਦੇ ਇੱਕ ਜਿਹੜਾ ਫੇਸਬੁੱਕ ਆਈ ਡੀ ਚੱਲਦੀ ਹੈ ਉਹਨਾਂ ਨੇ ਕਬੂਲ ਕੀਤੀ ਹੈ ਤੇ ਉਹਨੂੰ ਜਿਹੜਾ ਅਪਰਾਧੀ ਸਰਗਰਨਾ ਲਾਸ਼ ਬਚਣੋਈ ਉਹਨੂੰ ਟੈਗ ਵੀ ਕੀਤਾ ਇੱਥੇ ਸਭ ਤੋਂ ਵੱਡੀ ਗੱਲ ਸੋਮ ਜੀ ਇਹ ਹੈ ਵੀ ਜਿਹੜੀ ਉਹਨਾਂ ਨੇ ਜਿਹੜੀ ਪੋਸਟ ਪਾਈ ਹੈ ਪੋਸਟ ਦੀ ਜਿਹੜੀ ਤਸਵੀਰ ਹੈ ਜਿਹੜੀ ਫੋਟੋ ਹੈ ਉਹ 20 ਮਿੰਟਾਂ ਤੱਕ ਉਹਨਾਂ ਤੱਕ ਅਪਰਾਧੀਆਂ ਤੱਕ ਕਿਵੇਂ ਪਹੁੰਚ ਗਈ ਤੇ ਕਿਸ ਨੇ ਪਹੁੰਚਾਈ ਜੀ ਔਰ ਵੱਡੀ ਗੱਲ ਪਤਾ ਕੀ ਹੈ ਸੋਨੀ ਜੀ ਮਤਲਬ ਇਸ ਸ਼ਖਸ ਦੇ ਨਾਲ ਉਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀ ਜਾਂ ਕੀ ਕਾਰਨ ਕੀ ਕੁਛ ਆਈ ਇਹੋ ਜਿਹੀ ਗੱਲ ਸਾਹਮਣੇ ਦੇਖੋ ਇਹਦੇ ਚ ਤੁਹਾਨੂੰ ਮੈਂ ਦੱਸ ਦਿੰਦਾ ਵੀ ਜਿਹੜੇ ਗੈਂਗਸਟਰ ਦਵਿੰਦਰ ਬੀਬੀਹਾ ਦੇ ਭੁਲੇਖੇ ਦੇ ਵਿੱਚ 2016 ਚ ਜਿਹੜਾ ਇਹਦਾ ਭਰਾ ਮਾਰਿਆ ਗਿਆ ਸੀ ਕਬੱਡੀ ਖਿਲਾੜੀ ਸੀਗਾ ਜਿੰਮੀ ਸਿੱਧੂ ਉਹਨੂੰ ਵੀ ਜਿਹੜੇ ਹੈਗੇ ਅਣਜਾਣ ਜਿਹੜੇ ਹਮਲਾਵਾਰਾਂ ਨੇ ਜਿਹੜਾ ਉਹਦੀਆਂ ਗੋਲੀਆਂ ਮਾਰ ਕੇ ਜਿਹੜੀ ਹੱਤਿਆ ਕਰ ਦਿੱਤੀ ਸੀਗੀ ਤੇ ਇਹਦਾ ਜਿਹੜਾ ਕੇਸ ਹੈਗਾ ਇਹਦਾ ਕੇਸ ਵੀ ਜਿਹੜਾ ਇਹਦਾ ਭਰਾ ਜਿਹੜਾ ਮ੍ਰਿਤਕ ਜਿਹੜਾ ਹੈਗਾ ਰਣਜੀਤ ਸਿੰਘ ਰਾਣਾ ਇਹਦਾ ਕੇਸ ਲੜ ਰਿਹਾ ਸੀ ਇਹਨੇ ਜਿਹੜਾ ਮਾਨਯੋਗ ਕੋਰਟ ਦੇ ਵਿੱਚ ਪ੍ਰੋਟੈਕਸ਼ਨ ਦੀ ਵੀ ਗੱਲ ਕੀਤੀ ਵੀ ਪੁਲਿਸ ਸੁਰੱਖਿਆ ਉਹਨੂੰ ਦਿੱਤੀ ਜਾਵੇ ਕਿਉਂਕਿ ਉਹਨੂੰ ਖਤਰਾ ਹੈਗਾ ਤੇ ਇਸ ਦੇ ਸੰਬੰਧ ਵਿੱਚ ਉਹਦੀ ਮਾਂ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਜਿਹੜੇ ਚੱਲਦੇ ਮੁਕੱਦਮੇ ਚੱਲ ਰਹੇ ਸੀਗੇ ਉਸ ਕਰਕੇ ਜਿਹੜਾ ਮੇਰੇ ਬੇਟੇ ਨੇ ਜਿਹੜੀ ਸੁਰੱਖਿਆ ਮੰਗੀ ਸੀ ਪਰ ਪੁਲਿਸ ਨੇ ਜਿਹੜੀ ਸੁਰੱਖਿਆ ਨਹੀਂ ਦਿੱਤੀ ਜੀ ਔਰ ਸੋਨੀ ਜੀ ਪ੍ਰੈਜ਼ੈਂਟ ਕਾਰਵਾਈ ਕੀ ਕੀਤੀ ਗਈ ਹੈ ਪੁਲਿਸ ਵੱਲੋਂ ਕੀ ਪੁਲਿਸ ਵੱਲੋਂ ਜਾਂਚ ਹੀ ਸ਼ੁਰੂ ਕੀਤੀ ਗਈ ਹੈ ਜਾਂ ਇਸ ਨੂੰ ਕੁਛ ਤੱਥਾਂ ਦੇ ਵੀ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਹਜੇ ਤੱਕ ਜਿਹੜੀ ਗੱਲ ਹੈਗੀ ਵੀ ਥਾਣਾ ਸਦਰ ਮਲੋੜ ਦੇ ਜਿਹੜੇ ਇੰਚਾਰਜ ਹੈ ਮਲਕੀਤ ਸਿੰਘ ਉਹਨਾਂ ਨੇ ਦੱਸਿਆ ਵੀ ਜਿਹੜੀ ਮ੍ਰਿਤਕ ਰਣਜੀਤ ਸਿੰਘ ਦੀ ਜਿਹੜੀ ਘਰ ਵਾਲੀ ਹੈ ਉਹਦੇ ਬਿਆਨਾਂ ਦੇ ਆਧਾਰ ਤੇ ਅਸੀਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਇੱਥੇ ਸੋਚਣ ਵਾਲੀ ਗੱਲ ਹੈਗੀ ਹੈ ਵੀ ਹਮਲਾਵਰ ਆਉਂਦੇ ਹੈ ਸ਼ਰੇਆਮ ਜਿਹੜੇ ਉਹ ਜਿਹੜੀ ਗੋਲੀਆਂ ਮਾਰ ਕੇ ਇੱਕ ਬੰਦੇ ਦਾ ਕਤਲ ਕਰ ਦਿੱਤਾ ਜਾਂਦਾ ਹੈਗਾ ਉਹਦੀ ਸੀਸੀ ਫੁਟੇਜ ਜਿਹੜੀ ਸਾਹਮਣੇ ਆ ਜਾਂਦੀ ਹੈਗੀ ਹੈ ਕਿਤੇ ਨਾ ਕਿਤੇ ਪੁਲਿਸ ਦੀ ਨਲਾਇਕੀ ਵੀ ਜਿਹੜੀ ਸਾਹਮਣੇ ਆਉਂਦੀ ਹੈ ਕਿਉਂਕਿ ਪੁਲਿਸ ਜਿਹੜਾ ਖੁਫੀਆ ਤੰਤਰ ਹੈ ਜਾਂ ਪੁਲਿਸ ਹੈ ਇਹ ਜਿਹੜਾ ਹੈਗਾ ਆਪਣੇ ਜਿਹੜੀ ਆਪਣੇ ਲਾਈਨ ਤੋਂ ਭਟਕ ਚੁੱਕਿਆ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਹੋਣੇ ਇਸ ਤਰ੍ਹਾਂ ਦਾ ਜਿਹੜਾ ਵਾਕੇ ਹੋਣੇ ਇਸ ਤਰ੍ਹਾਂ ਦੇ ਕੰਮ ਹੋਣੇ ਕਿਤੇ ਨਾ ਕਿਤੇ ਪੁਲਿਸ ਦੇ ਜਿਹੜੇ ਕੰਮਾਂ ਤੇ ਸਵਾਲੀਆ ਨਿਸ਼ਾਨ ਲਾਉਂਦੇ ਆ ਜੀ ਔਰ ਵਾਕਈ ਬੜੀ ਮਤਲਬ ਇੱਕ ਦੁੱਖ ਭਰੀ ਗੱਲ ਹੈ ਕਿ ਮਤਲਬ ਇਸ ਹਾਲਾਤਾਂ ਦੇ ਵਿੱਚ ਗੋਲੀਆਂ ਚੱਲੀਆਂ ਔਰ ਗੋਲੀਆਂ ਚੱਲਣ ਤੋਂ ਬਾਅਦ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਪੈਦਾ ਹੋ ਗਿਆ ਹੋਗਾ ਔਰ ਪੰਜਾਬ ਦੀ ਜੇ ਵੈਸੇ ਵੀ ਗੱਲ ਕਰੀਏ ਤਾਂ ਆਏ ਦਿਨ ਜਿਹੜੀਆਂ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਔਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਸ਼ਰੇਆਮ ਅੰਜਾਮ ਲੋਕ ਦੇ ਰਹੇ ਨੇ
ਬਿਲਕੁਲ ਜੀ ਬਿਲਕੁਲ ਸੋਮ ਜੀ, ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਹੁੰਦੀਆਂ, ਕਿਤੇ ਨਾ ਕਿਤੇ ਜਿਹੜੇ ਇਨਸਾਫ ਪਸੰਦ ਲੋਕ ਨੇ, ਜਿਹੜੇ ਅਮਨ ਪਸੰਦ ਲੋਕ ਨੇ, ਜਿਹੜੇ ਚੈਨ ਨਾਲ ਜਿਉਣਾ ਚਾਹੁੰਦੇ ਆ, ਉਹਨਾਂ ਦੇ ਵਿੱਚ ਡਰ ਦਾ ਮਾਹੌਲ ਹੈ। ਤੁਹਾਨੂੰ ਦੱਸ ਦਈਏ ਵੀ ਉਸ ਤੋਂ ਬਾਅਦ ਜਿਸ ਟਾਈਮ ਇਹ ਜਿਹੜੀ ਘਟਨਾ ਵਾਪਰਦੀ ਹੈਗੀ ਹੈ, ਉਸ ਤੋਂ ਬਾਅਦ ਜਿਹੜੀਆਂ ਨੇੜੇ ਤੇੜੇ ਜਿਹੜੀਆਂ ਦੁਕਾਨਾਂ ਸੀਗੀਆਂ ਤੁਸੀਂ ਦੇਖ ਸਕਦੇ ਹੋ, ਉਹਨਾਂ ਦੇ ਵਿੱਚ ਇੱਕਦਮ ਅਚੰਭਾ ਪੈਦਾ ਹੋ ਗਿਆ ਵੀ ਪਤਾ ਨਹੀਂ ਕੀ ਗੱਲ ਹੋ ਗਈ। ਉਹਨਾਂ ਨੇ ਦੇਖਿਆ ਜਦੋਂ ਡਰ ਜਿਹੜਾ ਉਹਨਾਂ ਦੇ ਚਿਹਰੇ ਤੋਂ ਸਾਫ਼ ਨਜ਼ਰ ਆ ਰਿਹਾ ਸੀ ਜੀ। सोनी जी बहुत बहुत मेहरबानी, तुसी जानकारी दी। दोस्तों एक बार फिर दसना चाहुंदा कि मेरे नाल सोनी ढल्ला जी जुड़े सन श्री मुक्तसर साहब तो। उन्होंने दस्या कि वाकई ये अपने आप विच एक बहुत वड्डी गल है कि पुलिस प्रशासन दे मतलब इन्नियां ड्यूटियां लगाउण दे बावजूद भी इस तरह दीआं कुछ लोग आउंदे ने, घटना नूं अंजाम दिंदे ने और चले जांदे ने, लेकिन प्रश्न चिन्ह उठणगे तां हमेशा परिवारक मैंबर दे मुखी ते ही उठणगे, क्योंकि पुलिस ते प्रश्न चिन्ह इस समय उठ रहे ने। खैर पुलिस भी हथ ते हथ धर के ने बैठी हुई, वह भी आने वाले दिनों विच साडी नज़र रहेगी कि की अपडेट है इस मतलब पूरे मामले नूं लैके, इस पूरी घटना नूं लैके। इस संबंध में की गलबात की गई है, आओ सुनते हैं। साढ़े को जी साढ़े 3 बजे कोई इनफॉर्मेशन आई सी ओलकपिंड तो, कहते ओलकपिंड एक व्यक्ति से फायरिंग करके कुछ व्यक्ति चले गए ना, कहते बरकंदी रोड तो रणजीत सिंह और फराणा। कहो जी हालत है जी जख्मी की? होना जख्मी तो डेड है जी। इस टाइम उन जी इन्हों के मिसेज नाल से मौजूद से उस टाइम उत्थे, उन्होंने बयान से परचा दर्ज करके अगली कार्रवाई उन्होंने पता लगे कोई इन्होंने मुकदमे वगैरह दर्ज है गया। क्लीयर नहीं दस सकते कि गोलियां लगियां, क्योंकि पोस्टमार्टम तो बाद पता लगना, डॉक्टर साहब भी दसनगे भी शरीर से किन्ने किन्ने। यह जी दवाई लैन आए थे इतने औलखी वोटी बच्चा होने वाला सी, दवाई लैन आए सी तो फिर ये किसी ने गोलियां मारियां, तो बस मैं वोटी ने फोन करता भी मम्मी तुम आ जाओ, अज मैं आई नहीं सी मेरे नाल। अच्छा, तीजी बार आए थे हजे इन बच्चा होने वाला सी, तीजा महीना लगे सी, हुणे ही आउण लगे सी। फैंस का काम करता सी, पुलिस वालिया ने भी ये आह लगते सके बाले होर तो साढ़े किसी ना दुश्मनी नहीं सी, पुलिस वाले लगते जो तो दूजे बेटे की इन्हें भी दूजे बेटे की कार्रवाई करता सी, असी बुढ़े मापे सी साथों होंगी नहीं सी, इन्हें करी सी तो फिर वो ये पिछे पै गए सी। अच्छा। आई जाता सी आपके सहुरे तो भी कहें भी पहला तो उन्होंने कहता भी ये भी गैंगस्टार आ। अच्छा। जो उन्होंने पता लग्या भी कोई परचा नहीं गा तो फिर भी लिया उन्होंने दूजे दिनों खबर कढ़ती बई इस हाथों दविंदर बमीए के भुलेखे मारिया गया, भी लिया मुकसर के भी आ, बठिंडे के भी आ, ये तो किन्ने ही लगते सी उदो जो इन्हें जिम्मी का केस करिया सी। सानू भी लिया इंसाफ मिलना चाहिए भी किने गोलियां मारियां की होया, सानू पता लगना चाहिए। पेशेंट सीगा बट हजे तक होस्पिटल कोई आया नहीं, पेशेंट बाहरों ही कहते गड्डी रुकी है, तो पिछों कोई गड्डी ने उन्हें चेज कर रही थी, वही फायर करके गए है, बट पेशेंट हजे तक होस्पिटल नहीं आया सी। कह रहे हैं भी 2-3 महीने से पहला चल रहे, एक्चुअली पेशेंट देखे नहीं, क्लैरिटी नहीं है। पेशेंट भी अगर बयान दे रहे हैं भी मेडिसिन चल रही थी, आलमोस्ट 4th मंथ प्रेगनेंसी सी, मैडम को मेडिसिन चल रही थी। नहीं साढ़े को अंदर कोई पेशेंट नहीं आया, कोई ट्रीटमेंट मेडिसिन नहीं लीती, इनफैक्ट गड्डी आ रही थी, मैं रिकॉर्डिंग भी देखी, पुलिस वाले को रिकॉर्डिंग देखी है, गड्डी रुकी है नाल दी नाल ही फायर हो गया। हाँ नहीं पिछों भजे एक बंदा पहले बैठा सी कितने कोई जी, तो पिछले 2 बंदे हो रहे थे, उन्होंने आंधी फायर की है, मैं रिकॉर्डिंग देखी इनफैक्ट लाइव तो मैं भी कुछ नहीं देखी। आईडी है जी कोई 1.25 दिन का टाइम होएगा सर। आईडी एसी हुण तक दी अपडेट, नवीं ताज़ा खबरां लई जुड़े रहो एवन पंजाबी टीवी दे नाल। मैं अपने ये मोढ़ियां ते गोढ़ियां तो बहुत दुखी सी, मेरे लिए तो तुरना फिरना भी इन्ना औखा होया सी, मैं दस भी नहीं सकता, पर जब तो मैं फिर रिलीफ मिले 2.5-3 महीने इस्तेमाल करने तो बाद गोडे भी ओके मोढ़े भी ओके। जी तुसी भी किसी इस तरह की बीमारी तो परेशान हो तो बेझिझक होकर इस इस्तेमाल करो, सिर्फ 2.5-3 महीने ये 125 बीमारियां तक दे इलाज कर सकता है, फी रिलीफ हमेशा याद रखो। बस कुछ दिनों तो मैं बालों की बड़ी समस्या सी, मेरे बाल झड़ने शुरू हो गए सी, मैं मेरे दोस्त ने ऑयल फी रिलीफ वाले दसिया, मैं ये तेल 3 महीने लाना अपने सिर पर अप्लाई किया, ये बिल्कुल आयुर्वैदिक तेल है, यदा कोई साइड इफेक्ट नहीं है, तो मेरे बाल जड़े गंजपन पैना शुरू हो गया से वो दोबारा आने लग गए, तो मैनू तो बड़ा फायदा दिता इसने। जे तुहानू भी किसी इस तरह की प्रॉब्लम का तुसी सामना कर रहे हो तो ये तेल लाना ना भूलो। कितना कितनी असं अपने बालों करके शर्म फील करते हैं, कितनी सोसाइटी बैठे हैं कि कोई मजाक ना कर रहा है, पर थैंक्स टू फ्री लीव जिन्हें मेरा एक कॉन्फिडेंस बिल्ड किया, जिसे लगान नाल मैं मार्केट चुन बड़ा ही कॉन्फिडेंट हाँ, और ये मैं बड़ा फायदा होया, तो मैं सर्वाइकल की भी दिक्कत सी, तो वह भी मैं बड़ा रिलीफ मिले। यूज़ करो तो मैं प्रैक्टिकल यूज़ कर रहा।